ਪੰਜਾਬ ਦਾ ਨਾਮੀ ਗੈਂਗਸਟਰ ਗੋਲਡੀ ਬਰਾੜ ਜਿਸ ਦਾ ਕਤਲ ਕਰ ਦਿੱਤਾ ਗਿਆ ਅਮਰੀਕਾ ਦੇ ਵਿੱਚ, ਇਹ ਖਬਰਾਂ ਸਾਹਮਣੇ ਆ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਗੋਲਡੀ ਬਰਾੜ ਉਹ ਗੈਂਗਸਟਰ ਹੈ ਜਿਸਨੇ ਸਿੱਧੂ ਮੂਸੇਵਾਲਾ ਪੰਜਾਬੀ ਗਾਇਕ ਦਾ ਕਤਲ ਕਰਵਾਇਆ ਸੀ, ਸਾਜਿਸ਼ ਘੜੀ ਸੀ ਆਪਣੇ ਬੰਦਿਆਂ ਨੂੰ ਭੇਜ ਕੇ ਜਵਾਹਰਕੇ ਦੇ ਵਿੱਚ ਸਿੱਧੂ ਮੂਸੇਵਾਲ ਦੇ ਗੋਰੀਆਂ ਮਰਵਾਈਆਂ ਸੀ। ਅਤੇ ਹੁਣ ਅਮਰੀਕਾ ਦੇ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਦੋ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਲਡੀ ਬਰਾੜ ਦੇ ਉੱਤੇ ਅਤੇ ਉਸਦੀ ਮੌਕੇ 'ਤੇ ਮੌਤ ਹੋ ਗਈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਲਡੀ ਬਰਾੜ ਦੀ ਭਾਲ ਜੋ ਪੁਲਿਸ ਵੱਲੋਂ ਲਗਾਤਾਰ ਜਾਰੀ ਸੀ ਅਤੇ ਪੰਜਾਬ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਦੇ ਵਿੱਚ ਪੁਲਿਸ ਦੀ ਭਾਲ ਗੋਲਡੀ ਬਰਾੜ ਲਈ ਜਾਰੀ ਸੀ, ਕਿਉਂਕਿ ਗੋਲਡੀ ਬਰਾੜ ਉਹ ਸ਼ਖਸ ਹੈ ਜਿਸਨੇ ਪੰਜਾਬ ਦੇ ਨਾਮੀ ਸਿੰਗਰ, ਪੰਜਾਬ ਦੇ ਘਰ ਘਰ ਵਿੱਚ ਚੱਲਣ ਵਾਲੇ ਸਿੰਗਰ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਸੀ ਅਤੇ ਇਹ ਲੋਰੈਂਸ ਬਿਸ਼ਨੋਈ ਗਰੁੱਪ ਨੂੰ ਹੋਲਡ ਕਰਦਾ ਸੀਗਾ। ਲੋਰੈਂਸ ਬਿਸ਼ਨੋਈ ਗਰੁੱਪ ਨੂੰ ਹੁਣ ਬਿਸ਼ਨੋਈ ਤੋਂ ਬਾਅਦ ਜੋ ਜੇਲ੍ਹ ਤੋਂ ਬਾਹਰ ਰਹਿ ਕੇ ਸਾਰਾ ਗਰੁੱਪ ਚਲਾਉਂਦਾ ਸੀ। ਤੁਹਾਨੂੰ ਦੱਸ ਦਈਏ ਕਿ ਬਿਸ਼ਨੋਈ ਗਰੁੱਪ ਹੈ ਜਿਹੜਾ ਉਸਦਾ ਸਰਗਣਾ ਮੇਨ ਲੋਰੈਂਸ ਬਿਸ਼ਨੋਈ ਹੈ ਜੋ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉਸਦਾ ਜਿਹੜਾ ਗਰੁੱਪ ਹੈਂਡਲ ਗੋਲਡੀ ਬਰਾੜ ਕਰਦਾ ਸੀ ਅਤੇ ਜੋ ਐਕਟੀਵਿਟੀਆਂ ਹੁੰਦੀਆਂ ਸੀ ਪੰਜਾਬ ਦੇ ਵਿੱਚ ਇਹਨਾਂ ਵੱਲੋਂ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਗਿਆ ਅਤੇ ਸਿੱਧੂ ਮੂਸੇਵਾਲ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਦੀ ਭਾਲ ਜਾਰੀ ਸੀ, ਇਨਸਾਫ਼ ਦੇ ਲਈ ਗੁਹਾਰਾਂ ਪਰਿਵਾਰ ਵੱਲੋਂ ਮੂਸੇਵਾਲੇ ਦੇ ਵੱਲੋਂ ਲਗਾਈਆਂ ਜਾ ਰਹੀਆਂ ਸੀ, ਪਰ ਹੁਣ ਕਿਸੇ ਵਿਅਕਤੀਆਂ ਦੇ ਵੱਲੋਂ, ਦੋ ਵਿਅਕਤੀਆਂ ਦੇ ਵੱਲੋਂ ਇਸਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਅਮਰੀਕਾ ਦੇ ਫਰੋਜ਼ਨ ਸ਼ਹਿਰ ਦੇ ਵਿੱਚ ਗੋਲਡੀ ਬਰਾੜ ਨੂੰ ਮਾਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਪੰਜਾਬੀ ਗਾਇਕ ਦਾ ਕਤਲ ਕਰਵਾਇਆ ਸੀ, ਸਾਜਿਸ਼ ਘੜੀ ਸੀ ਆਪਣੇ ਬੰਦਿਆਂ ਨੂੰ ਭੇਜ ਕੇ ਜਵਾਹਰਕੇ ਦੇ ਵਿੱਚ ਸਿੱਧੂ ਮੂਸੇਵਾਲ ਦੇ ਗੋਰੀਆਂ ਮਰਵਾਈਆਂ ਸੀ। ਅਤੇ ਹੁਣ ਅਮਰੀਕਾ ਦੇ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਦੋ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਲਡੀ ਬਰਾੜ ਦੇ ਉੱਤੇ ਅਤੇ ਉਸਦੀ ਮੌਕੇ 'ਤੇ ਮੌਤ ਹੋ ਗਈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਗੋਲਡੀ ਬਰਾੜ ਦੀ ਭਾਲ ਜੋ ਪੁਲਿਸ ਵੱਲੋਂ ਲਗਾਤਾਰ ਜਾਰੀ ਸੀ ਅਤੇ ਪੰਜਾਬ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਦੇ ਵਿੱਚ ਪੁਲਿਸ ਦੀ ਭਾਲ ਗੋਲਡੀ ਬਰਾੜ ਲਈ ਜਾਰੀ ਸੀ, ਕਿਉਂਕਿ ਗੋਲਡੀ ਬਰਾੜ ਉਹ ਸ਼ਖਸ ਹੈ ਜਿਸਨੇ ਪੰਜਾਬ ਦੇ ਨਾਮੀ ਸਿੰਗਰ, ਪੰਜਾਬ ਦੇ ਘਰ ਘਰ ਵਿੱਚ ਚੱਲਣ ਵਾਲੇ ਸਿੰਗਰ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ ਸੀ ਅਤੇ ਇਹ ਲੋਰੈਂਸ ਬਿਸ਼ਨੋਈ ਗਰੁੱਪ ਨੂੰ ਹੋਲਡ ਕਰਦਾ ਸੀਗਾ। ਲੋਰੈਂਸ ਬਿਸ਼ਨੋਈ ਗਰੁੱਪ ਨੂੰ ਹੁਣ ਬਿਸ਼ਨੋਈ ਤੋਂ ਬਾਅਦ ਜੋ ਜੇਲ੍ਹ ਤੋਂ ਬਾਹਰ ਰਹਿ ਕੇ ਸਾਰਾ ਗਰੁੱਪ ਚਲਾਉਂਦਾ ਸੀ। ਤੁਹਾਨੂੰ ਦੱਸ ਦਈਏ ਕਿ ਬਿਸ਼ਨੋਈ ਗਰੁੱਪ ਹੈ ਜਿਹੜਾ ਉਸਦਾ ਸਰਗਣਾ ਮੇਨ ਲੋਰੈਂਸ ਬਿਸ਼ਨੋਈ ਹੈ ਜੋ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉਸਦਾ ਜਿਹੜਾ ਗਰੁੱਪ ਹੈਂਡਲ ਗੋਲਡੀ ਬਰਾੜ ਕਰਦਾ ਸੀ ਅਤੇ ਜੋ ਐਕਟੀਵਿਟੀਆਂ ਹੁੰਦੀਆਂ ਸੀ ਪੰਜਾਬ ਦੇ ਵਿੱਚ ਇਹਨਾਂ ਵੱਲੋਂ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਗਿਆ ਅਤੇ ਸਿੱਧੂ ਮੂਸੇਵਾਲ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਦੀ ਭਾਲ ਜਾਰੀ ਸੀ, ਇਨਸਾਫ਼ ਦੇ ਲਈ ਗੁਹਾਰਾਂ ਪਰਿਵਾਰ ਵੱਲੋਂ ਮੂਸੇਵਾਲੇ ਦੇ ਵੱਲੋਂ ਲਗਾਈਆਂ ਜਾ ਰਹੀਆਂ ਸੀ, ਪਰ ਹੁਣ ਕਿਸੇ ਵਿਅਕਤੀਆਂ ਦੇ ਵੱਲੋਂ, ਦੋ ਵਿਅਕਤੀਆਂ ਦੇ ਵੱਲੋਂ ਇਸਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਅਮਰੀਕਾ ਦੇ ਫਰੋਜ਼ਨ ਸ਼ਹਿਰ ਦੇ ਵਿੱਚ ਗੋਲਡੀ ਬਰਾੜ ਨੂੰ ਮਾਰ ਦਿੱਤਾ ਗਿਆ। ਅੱਗੇ ਦੀ ਅਪਡੇਟ ਵੀ ਤੁਹਾਨੂੰ ਜਲਦ ਅਸੀਂ ਦਿੰਦੇ ਰਹਾਂਗੇ।